जिहड़े उस्ताद जी 70 साल बाद भरा दो मिले सन ना वो इस भाई ने मिलाया इतने करतारपुर हूँ वो की एक लम्हा होना सर मेन जी चढ़नी है बनाओ जिन्हें बना सकते तुम सत फूल माफ ले हूँ करैक्टर ये गड्डी सी वड्डी जी मैं ड्राइव करनी सी सारी टीम आ गई सारी टीम ने अरेंज कर लिया मतलब भाई गड्डी तुम इतों की चला के ना इतने तक लिया तो मैं क्या ड्राइवर कितने गए इस गड्डी का कहते वो भाजी वो होगा मैं क्या इधर प्लान होगा इधर मैं क्या मैं क्या चलाने की मैं सारा डायरेक्ट है कि हैं भाजी तुम चलाने नहीं आती नहीं आती तो पूछ रहे कि चलाने की वो उन्हें गिप्पी ने फटवड़ना कहते भाजी सिर्फ रेंड नहीं है जी मैं पूछ तो लवा भाई कि उन्हें फटवड़ना बेल्ट लाया पाकिस्तान बहुत ज्यादा वेलकम सलामत रहो जीवन रहो मिलकर बहुत खुशी हुई थैंक यू बहुत बहुत शुक्रिया लैके आए साढ़े को फिलहाल थिएटर बड़ी खुशी की गल मैं तेन फैसलाबाद छुट्टियां गया ईद दस रुपये बैठो अब एक मिनट सिर्फ एक मिनट ठीक ठीक रिकॉर्डिंग यार तुम बनाओ जिन्हें बना सकते तुम सत फूल माफ ले टेंशन लैन की तुम कोई लोड़ है ਖਾਸ਼ਾਂ ਪੂਰੀਆਂ ਹੋਈਆਂ ਜੀ ਅੱਜ ਮੈਂ ਹੌਲਰ ਰਹਿੰਦਾ ਜੀ ਅੱਛਾ ਹੌਲਰ ਹਾਂਜੀ ਤੇ ਹਾਂ ਮੈਂ ਜਦੋਂ ਵੀ ਕਦੀ ਮਨ ਉਦਾਸ ਹੋਵੇ ਸਟ੍ਰੈਸ ਹੋਵੇ ਤੇ ਯੂਟਿਊਬ ਖੋਲ੍ਹੀ ਦਾ ਤੇ ਤੁਹਾਡਾ ਕੋਈ ਨਾ ਕੋਈ ਕਲਿੱਪ ਦੇਖੀ ਦਾ ਤੇ ਠਹਾਕੇ ਤੇ ਉਹ ਸਾਰਾ ਕੁਝ ਇੱਕ ਮੈਡੀਸਿਨ ਤੁਸੀਂ ਨਾ ਹੈਗੇ ਹੋ ਭਾਈ ਇਹ ਵੀ ਸਰਦਾਰ ਜੀ ਨੇ ਪੱਗ ਨਹੀਂ ਪਾਈ ਅੱਜ ਮੈਂ ਪੱਗ ਪੱਗ ਨਹੀਂ ਭਾਜੀ ਪਤਾ ਗੱਲ ਕੀ ਹੈਗੀ ਕਿ ਦੇਖੋ ਸਾਡਾ ਜਿਹੜਾ ਇੱਕ ਦਿੱਲੀ ਲਿੰਕ ਹੈਗਾ ਨਾ ਹਾਂਜੀ ਉਹ ਤਾਂ ਬਹੁਤ ਪਹਿਲੇ ਦਾ ਹੈਗਾ ਠੀਕ ਹੈ ਕੋਈ ਚੜ੍ਹਦਾ ਪੰਜਾਬ ਜਾਂ ਲਹਿੰਦਾ ਪੰਜਾਬ ਪੰਜਾਬੀ ਜਿੱਥੇ ਵੀ ਹੈ ਅਲਹਮਦੁਲਿਲਾ ਛਾਏ ਹੋਏ ਨੇ ਅਤੇ ਇਹ ਤੁਹਾਡੀ ਮੁਹੱਬਤ ਅਤੇ ਤੁਹਾਡਾ ਪਿਆਰ ਹੈ ਜਿੰਨਾ ਤੁਸੀਂ ਪਿਆਰ ਕਰਦੇ ਹੋ ਸਾਨੂੰ ਅਤੇ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਸਾਡਾ ਪਹਿਲਾ ਜਿਹੜਾ ਸਾਡੀ ਜਿਹੜੀ ਪਹਿਲੀ ਆਡੀਅੰਸ ਹੈਗੀ ਨਾ ਉਹ ਤੁਸੀਂ ਹੋ ਜਿਹਨਾਂ ਅਸੀਂ ਵੀ ਇਸ ਚੀਜ਼ ਨੂੰ ਮੰਨਦੇ ਹਾਂ ਕਿ ਸਾਡੀ ਜਿਹੜੀ ਪਹਿਲੀ ਆਡੀਅੰਸ ਉਹ ਇਹ ਹੀ ਨੇ ਅਤੇ ਬਾਕੀ ਮਾਲਕ ਦਾ ਕਰਮ ਹੈਗਾ ਅਤੇ ਜੇ ਤੁਸੀਂ ਉੱਥੇ ਬਹਿ ਕੇ ਖੁਸ਼ ਹੋ ਜਾਂਦੇ ਹੋ ਤਾਂ ਸਾਡੇ ਲਈ ਇਸ ਤੋਂ ਵੱਡਾ ਕ੍ਰੈਡਿਟ ਕੋਈ ਨਹੀਂ ਹੈਗਾ
ਕਈ ਵਾਰੀ ਕੱਲਿਆਂ ਬੈਠ ਕੇ ਤੇ ਦੇਖੀਦਾ ਜਦੋਂ ਸਟ੍ਰੈਸਫੁਲ ਹੋ ਤੇ ਕੱਲਿਆਂ ਬੈਠ ਕੇ ਦੇਖਦੇ ਤੇ ਕੱਲਿਆਂ ਹੱਸੀ ਜਾਈਦਾ ਬੜੀ ਖੁਸ਼ੀ ਦੀ ਗੱਲ ਹੈਗੀ ਕਿ ਸਾਡਾ ਭਰਾ ਹੈਗਾ ਸਲੀਮ ਜੀ ਹੋਰਾਂ ਦਾ ਵੀ ਜਿਹੜੀ ਦੋਨਾਂ ਜਣਿਆਂ ਦੀ ਮਤਲਬ ਹੈ ਜੀ ਸਿੰਕਰੋਨਾਈਜੇਸ਼ਨ ਜਿਹੜੀ ਹੈ ਤੇ ਉਹ ਆਡੀਅੰਸ ਇਹਨਾਂ ਦੀ ਬਹੁਤ ਉਧਰ ਦੀ ਆਡੀਅੰਸ ਇਹਨਾਂ ਦੀ ਬਹੁਤ ਹੈ ਮੈਂ ਨਸਰ ਜੀ ਨਿਊਜ਼ੀਲੈਂਡ ਅੱਛਾ ਨਿਊਜ਼ੀਲੈਂਡ ਹਾਂ ਜੀ ਤੇ ਮੇਰੇ ਖਿਆਲ ਜ਼ਿਕਰ ਵੀ ਸਭ ਤੋਂ ਜ਼ਿਆਦਾ ਆਫਤਾਬ ਸਭ ਕਰਦੇ ਨੇ ਤੁਸੀਂ ਅੱਗੇ ਨਾ ਕਰ ਦੇਣਾ ਪੇਂਟ ਬਹੁਤ ਸ਼ੁਕਰੀਆ ਮੇਰੇ ਭਰਾ ਨਿਊਜ਼ੀਲੈਂਡ ਤੋਂ ਨੇ ਸਰਦਾਰ ਜੀ ਤੇ ਇੱਥੇ ਜਦ ਸਾਨੂੰ ਮਿਲਾਉਣ ਵਾਲਾ ਭਰਾ ਸਾਡਾ ਉੱਥੇ ਖਲੋਤਾ ਹੈ ਤੇ ਇਹਦੀ ਬੜੀ ਐਫਰਟ ਹੈਗੀ ਕਿ ਸਾਨੂੰ ਇਕੱਠਿਆਂ ਕਰ ਦੇਣਾ ਇਸ ਬੰਦੇ ਦੀ ਬਹੁਤ ਐਫਰਟ ਹੈਗੀ ਨਾਸਰ ਭਾਅ ਜੀ ਤੇ ਬਹੁਤ ਥੈਂਕ ਯੂ ਭਾਅ ਜੀ ਤੁਹਾਡੀ ਮੁਹੱਬਤ ਦਾ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਸਰ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਸੀਂ ਖਲੋਤਿਆਂ ਤੇ ਮੈਂ ਇੱਕ ਤੋਂ ਸਟਿਲ ਫੋਟੋ ਮੈਂ ਸਰ ਤੁਹਾਡਾ ਤੁਹਾਡੇ ਹਿਸਾਬ ਦੇ ਨਾਲ ਆਂਦੇ ਵੀ ਇਦਾਂ ਠੰਡ ਲੱਗਦੀ ਹੈ ਤੇ ਦੂਜੀ ਤੁਹਾਡੇ ਵਾਸਤੇ ਮੇਰੀ ਕੰਬਲ ਲੈ ਬੈਠੋ ਬਾਕੀ ਭਾਜੀ ਬਹੁਤ ਸ਼ੁਕਰੀਆ ਥੈਂਕ ਯੂ ਅਮਰਿੰਦਰ ਦੇ ਨਾਲ ਇਹ ਸ਼ੋ ਇੱਕ ਹੋਇਆ ਚੱਲ ਮੇਰਾ ਪੁੱਤ ਸ਼ੋ ਮਤਲਬ ਉਹ ਸਾਰਾ ਕੀਤਾ ਹੈ ਇਹ ਕਰਨਾ ਸ਼ੋ ਉਹ ਪੂਰੀ ਟੀਮ ਹੈਗੀ ਚੱਲ ਮੇਰੇ ਪੁੱਤ ਦੀ ਨਾਲ ਤੇ ਉਹ ਸਾਰਾ ਕਰ ਰਹੇ ਹਾਂ ਤੇ ਹੁਣ ਅਸੀਂ ਮੇਰੇ ਗੱਲ ਇਸ ਕੋਈ ਦੋ ਚਾਰ ਦਿਨ ਬਾਅਦ ਨਾ ਇਸ ਸਪੈਲ ਤੋਂ ਬਾਅਦ ਡਰਾਮੇ ਦੇ ਦੁਬਈ ਬੈਕ ਨਾ ਉਹਦਾ ਡਿਜ਼ਾਇਨਿੰਗ ਕਰਨੀ ਹੈ ਉਹ ਯੂ ਆਪਣਾ ਕੈਨੇਡਾ ਯੂਕੇ ਦੋ ਕੈਨੇਡਾ ਦੋ ਯੂਕੇ ਤੇ ਦੋ ਆਸਟ੍ਰੇਲੀਆ ਕਰਨੇ ਇੱਕ ਉਹ ਕਹਿ ਦਿਆਂਗੇ ਉਹਨਾਂ ਨੂੰ ਇੱਕ ਨੂੰ ਜਿਹੜਾ ਮੈਂ ਪਹਿਲੇ ਆਕਲੈਂਡ ਕਰਕੇ ਆਇਆ ਸ਼ੋ ਕਦੋਂ ਪੈਸਾ ਤੁਸੀਂ ਇਹ ਹੋ ਗਿਆ ਸਾਨੂੰ 6-7 ਸਾਲ ਹੋ ਗਏ ਆਕਲੈਂਡ ਕਰਕੇ ਆਇਆ ਸਿਟੀ ਦੇ ਵਿੱਚ ਸੀਗਾ ਤੁਹਾਡਾ ਹਾਂਜੀ ਹਾਂਜੀ ਆਕਲੈਂਡ ਕਰਕੇ ਆਇਆ ਸੀ ਸਾਹਿਬ ਦਾ ਜੀ ਦੋ ਵਾਰੀ ਗਿਆ ਆਸਟ੍ਰੇਲੀਆ ਜੀ ਕਦੇ ਬੋਲ ਜਾਂਦੇ ਜੀ ਡਾਂਸ ਸਿਆਣਾ ਬੰਦਾ ਚੰਗਾ ਮਾਸ਼ਾ ਦਾ ਬੇਟਾ ਵੀ ਉੱਥੇ ਪੜ੍ਹ ਰਿਹਾ ਸੀ ਜੀ ਜੀ ਹਸਮਨ ਢਲੋਜੀ ਸੀਗਾ ਫਲਾਣਾ ਹਿੰਦੁਸਤਾਨ ਦਾ ਗਵਰਨਰ ਸੀ ਜਾਂ ਸਾਰੇ ਉਹ ਜਦੋਂ ਰਿਟਾਇਰ ਹੋਏ ਜੀ ਉਹਨਾਂ ਨੂੰ ਇਹਨਾਂ ਨੇ ਜਿਹੜੀਆਂ ਇਹੋ ਜਿਹੀਆਂ ਇਹਨਾਂ ਦੀਆਂ ਮੁਲਕ ਸੀਗੇ ਉੱਥੇ ਲਾ ਤੇ ਜੀ ਜਿਵੇਂ ਲਾਰਡ ਡਲਹੌਜ਼ੀ ਹੈਗਾ ਉਹਦੇ ਥਾਂ ਦੇ ਉੱਤੇ ਬਹੁਤ ਵੱਡਾ ਜਿਵੇਂ ਆਕਲੈਂਡ ਦੇ ਵਿੱਚ ਅਸੀਂ ਜਗ੍ਹਾ ਬਣੀਆਂ ਹੋਈਆਂ ਅਤੇ ਉਹ ਕਹਿ ਲਓ ਵੀ ਉੱਥੋਂ ਦੀਆਂ ਰਿਆਸਤਾਂ ਦਿੱਤੀਆਂ ਜੀ ਉਹਨਾਂ ਅਸੀਂ ਸਾਨੂੰ ਕੋਈ ਨਹੀਂ ਜਾਣਦਾ ਤੁਸੀਂ ਜੇ ਸਟਾਰ ਟਾਈਮ ਸੈਲੀਬ੍ਰਿਟੀ ਤੁਹਾਡੀ ਕਈ ਹੋਈ ਗੱਲ ਬਹੁਤ ਲੋਕਾਂ ਤੱਕ ਪਹੁੰਚਦੀ ਹੁਣ ਇਸ ਮੀਡੀਆ ਦੀ ਰਾਹੀਂ ਜਾਂ ਇੰਡਸਟਰੀ ਦੀ ਰਾਹੀਂ ਜਿਹੜੀ ਹੈ ਨਾ ਉਹ ਮੁਹੱਬਤ ਪ੍ਰਵਾਨ ਛੇਤੀ ਚੜ ਸਕਦੀ ਹੈ ਕਰਤਾਰਪੁਰ ਹੁਣ ਉਹ ਕੀ ਇੱਕ ਲਮਹਾ ਹੋਣਾ ਸਾਹਿਬ ਜੀ ਕੇ ਉਹ ਮੈਂ ਤੇ ਇਸ ਚੀਜ਼ ਨੂੰ ਵੇਖਦਾ ਦੇਖੋ ਜਦੋਂ ਅਸੀਂ ਆਏ ਹਾਂ ਆਪੀ ਅਨੀਤਾ ਜਾਣ ਦੇ ਨਾਲ ਇਹ ਦਿਲਾਂ ਨੂੰ ਹੱਥ ਪੈ ਜਾਏ ਇੰਝ ਦਾ ਮਤਲਬ ਕਿ ਉਹ ਇੱਕ ਰਿਸ਼ਤਾ ਜਿਹੜਾ ਨਾ ਉਹ ਨਾ ਫੀਲਿੰਗ ਪਹਿਲੇ ਵੀ ਬਹੁਤ ਜ਼ਿਆਦਾ ਸੀ ਹੁਣ ਉਸ ਤੋਂ ਜ਼ਿਆਦਾ ਹੋ ਗਈ
बंदे लैंदे ते बंदे छड्डदे गिल साहब भी आखण ये इंपोर्ट एक्सपोर्ट का काम जिहड़ा ना इहदी वजह नाल तरक्की जिहड़ी आ ते जिहड़ा मुहब्बत आ ना वह बेशक बेशक बहुत छेती अल्लाह खैर करे इसे तरह ही हुण तुहाडे राहे जिहड़ियां ना ये गल एक लोग रीच तुहाडी ज्यादा लोगों तक हाँ बेशक बेशक सोशल मीडिया से भी कोशिश करा करो भी इहनूं थोड़ा जिहा अच्छे तरीके नाल पोर्ट्रेट करो आउंदा ते जो असीं इकट्ठे हुंदे आ ना मतलब के मेरा करैक्टर सी उत्थे अपनी गड्डियां ने एयरपोर्ट के बाहर मतलब कोई जाना है उन्होंने होटल छड़ना है करैक्टर गड्डी सी वड्डी जिहड़ी मैं ड्राइव करनी सी सारी टीम आ गई सारी टीम ने अरेंज कर लिया मतलब भाई गड्डी तुसी इत्थों दी सलाह की ना इत्थे तक लैणी है तो सारी टीम विच बैठ गए ऋषि मैम सारे करमजीत भाजी गिरपी मेरे नाल अगे बैठा है तो मैं क्या अच्छा अच्छा तो मैं क्या ड्राइवर कित्थे गया इस गड्डी का कहंदे ने ओ भाजी ओ होएगा मैं कहंदा इधर बुला नूं आंदा इधर आ मैं क्या चलाउणी कीवें सारे दा डायरेक्ट है कि हैं भाजी तुहानूं चलाउणी नहीं आउंदी नहीं आती तो फटवड़ना बेल्ट लाया मैं समझा लग पाया क्लच से पैर रखना फिर स्टार्ट होगी मैं हम क्लच से पैर रख स्टार्ट कर ली पिछे ऋषि मैम कहते हैं कि मेरा नाम चुनौती कहना चुनौती की कह रहा है तो करमजीत अनमोल कहता है चुनौती दे रहा गड्डी चलाने नहीं आती जल्द मैं चलाई कहते भाजी साढ़े दस उस गिपी कहे कि भाजी तुम नहीं चलानी मैं तेरा डुप्लीकेट करा ले ला तू टेंशन मैं टेंशन लगी साडे जिन्ने भी चढ़दे पंजाब दे साडे भरा ने सरदार जिहड़े भी आउंदे ने पहले साडा भरा वेलकम करदा है उस बाद असीं वेलकम करदे आ ते तुहाडा पाकिस्तान विच बहुत ज्यादा वेलकम सलामत रहो जीउंदे रहो तुहानूं मिलके बहुत खुशी होई थैंक यू नासर भाजी तुहाडा भी बहुत बहुत शुक्रिया तुसीं इन्हां नूं लै के आए साडे कोल अलफला थिएटर बड़ी खुशी दी गल है प्लीज़ आओ बैठो तुसीं थैंक यू नासर भाजी आ जाओ तुसीं आ भाई मैं जरा ना मुक गया अच्छा पहला शो अच्छा अच्छा ठीक है मैं आ रहा भाई जी 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 ठाकरे मैं इको ड्रामे जफरी इस तरह पता फिर ठाकरा हों मतलब थिएटर ना करिए बीमार हो जाने आपस मतलब जी अपनी जाती जिंदगी ना जी जिंदगी जिन्हें कहने कि यार ए सब तो वधिया है जगह है जिसले रोजे पूरा महीना थिएटर बंद खास कर अफवाह बंद फिर ईद फिर रैसलां शुरू होंदियां ने सारे कठे हो गए फिर सारे नेड़े नेड़े ही ने जिस तरह मैं
पता लगा कि ठाकुर साहब जिहड़े ने ओह अमेरिका तो थिएटर पढ़ के भी आए ने स्टडी की फिल्म फिल्म स्टडी की थी उन्होंने थिएटर के फिल्म थिएटर ते सब कुछ समझ थे सिखाया गया अच्छा क्योंकि साडे जिहड़े वड्डे ने अमान अल्लाह खान साहब हां जी सारे सुहेल अहमद साहब मस्ताना साहब बब्बू साहब इन्हां लोगों नाल असीं काम कीता गा थिएटर तो सारेयां सिखा गया है कि थिएटर किवें करीदा ये कोई वाली गल नहीं की सारा दस के रैसलां रैसलां करवाते जी जी चीजा तुम नहीं पता कहना मैं अपने इलाके का चाह मतलब मैं मतलब सिडनी एक फैमिली है कि उसाई वालदे ने मतलब बजुर्ग ने मतलब जिसल कहें सिर्फ एक बार उ बस हो आई वो जरा है ना अपने कुछ पुराने घर अपने इलाके ਦੇ ਘਰ ਜਿੱਥੇ ਬਲਕਿ ਜਿੱਥੇ ਬੰਦੇ ਦਾ ਬਚਪਨ ਗੁਜ਼ਰਿਆ ਹੋਵੇ ਨਾ ਉਹ ਬੰਦੇ ਨੂੰ ਉਹ ਅਟ੍ਰੈਕਟ ਕਰਦਾ ਕਿਉਂਕਿ ਬੰਦਾ ਦਾ ਜੋ ਵੀ ਹੋਵੇ ਮੈਂ ਉੱਥੇ ਜਾਣਾ ਉਹ ਕਿਉਂਕਿ ਦੇਖਣਾ ਇੱਕ ਨਾ ਕੁਦਰਤੀ ਗੱਲ ਹੈ ਕਿ ਤੁਸੀਂ ਭਾਵੇਂ ਤੁਸੀਂ ਉਹਨੂੰ ਕਿਸੇ ਜਗ੍ਹਾ ਤੇ ਰਹਿ ਰਹੇ ਨਾ ਜੀ ਜੀ ਤੇ ਤੁਸੀਂ ਅੱਗੋਂ ਸ਼ਿਫਟ ਹੋ ਗਿਆ ਤੇ ਤੁਹਾਨੂੰ ਆਪਣੇ ਬਜ਼ੁਰਗ ਸ਼ਿਫਟ ਕਰਨ ਲਈ ਬੜਾ ਟਾਈਮ ਲੱਗਾ ਉਹ ਨਹੀਂ ਮੰਨਦੇ ਇਸ ਗੱਲ ਨੂੰ ਉਹ ਆਪਣੀ ਜਗ੍ਹਾ ਆਪਣਾ ਮੱਲਾ ਆਪਣਾ ਘਰ ਜਿੱਥੇ ਰਹੇ ਨੇ ਪੈਦਾ ਉਹ ਛੱਡਣ ਨੂੰ ਤਾਂ ਤਿਆਰ ਹੀ ਛੱਡਣ ਜਾ ਰਹੇ ਸੀ ਤੇ ਆਖਰੀ ਮੂਵਮੈਂਟ ਤੇ ਗੱਲ ਕੀਤੀ ਸੀ ਉਹ ਨਾ ਜਦੋਂ ਅਸੀਂ ਗਏ ਉਹਨੂੰ ਛੱਡਣ ਪਹਿਲਾਂ 6 ਦਿਨ ਰਿਹਾ ਇੱਥੇ ਸਾਡੇ ਕੋਲ ਘੁੰਮਦਾ ਰਿਹਾ ਤੇ ਉਹ ਬੜਾ ਅਗਰੈਸਿਵ ਜਾ ਲਿਖਦਾ ਬੜਾ ਸੋਹਣਾ ਫਿਲਮਾਂ ਲਿਖਦਾ ਅਤੇ ਉਹ ਉਹਦਾ ਆਉਂਦਾ ਜਾਣ ਲੱਗਿਆ ਆਉਂਦਾ ਯਾਰ ਗੱਲਾਂ ਕਰਨ ਵੀ ਰੋਣ ਲੱਗ ਪਿਆ ਨਾ ਜਦੋਂ ਬਾਰਡਰ ਨੂੰ ਜਾਣ ਦੇ ਬਿਲਕੁਲ ਲੱਗ ਗਿਆ ਰੋਣ ਲੱਗ ਪਿਆ ਆਉਂਦਾ ਵੀ 6 ਦਿਨ ਰਹੇ ਏਡਾ ਕੀ ਹੋ ਗਿਆ ਸਾਡੇ ਆਪਸ ਦੇ ਵਿੱਚ ਵੀ ਮੈਂ ਤੁਹਾਡੇ ਨਾਲ 5-4 ਦਿਨ ਰਿਹਾ ਵਾਂ ਵੀ ਇੰਨੀ ਐਫਲੀਏਸ਼ਨ ਹੋ ਗਈ ਹੈ ਵੀ ਰੋਣ ਲੱਗ ਗਏ ਆਪਾਂ ਮੇਰੇ ਹੱਥ ਅੱਖਾਂ 'ਚ ਉੱਥੇ ਆਉਣ ਲੱਗੇ ਉਹ ਗੱਲਾਂ ਕਰਨ ਪਿਆ ਵੀ ਮੈਂ ਕਿਹਾ ਵੀ ਤੁਸੀਂ ਇਹ ਤਖੀਲ ਕਰੋ ਵੀ ਉਹ ਟਾਈਮ ਸੀ ਜਦੋਂ ਪਾਰਟੀਸ਼ਨ ਵੇਲੇ ਉਹ ਯਾਰ ਉਹ ਭੈਣਾਂ ਭਰਾ ਕਿਵੇਂ ਛੱਡੇ ਲੋਕਾਂ ਨੂੰ ਉਹ ਤੇ ਧਾੜਾ ਮਾਰ ਮਾਰ ਰੋਣ ਲੱਗ ਗਏ ਬਿਲਕੁਲ ਉਹ ਉਹ ਜ਼ਾਹਿਰ ਹੈ ਕਿ ਉਹ ਟਾਈਮ ਜਿਹਨਾਂ ਨੇ ਬਜ਼ੁਰਗਾਂ ਨੇ ਵੇਖਿਆ ਉਹ ਸਿਰਫ ਉਹ ਹੀ ਜਾਣਦੇ ਨੇ ਇਸ ਚੀਜ਼ ਨੂੰ ਬਿਲਕੁਲ ਲੇਕਿਨ ਜਿਹੜੇ ਸੁਣ ਜਿਹਨਾਂ ਨੇ ਸੁਣਿਆ ਵੀ ਹੈ ਨਾ ਕਿ ਕੀ ਹੋਇਆ ਸੀ ਉਹਨਾਂ ਦੇ ਦਿਲਾਂ 'ਚ ਵੀ ਉਨਾ ਹੀ ਡਰ ਦੇਗਾ ਜਿਹਨਾਂ ਉਹਨਾਂ ਦੇ ਦਿਲਾਂ 'ਚ ਉਹ ਹਲੇ ਤੱਕ ਜਿਹੜੇ ਲੋਕ ਜ਼ਿੰਦਾ ਨੇ ਨਾ ਮੈਂ ਤਕਰੀਬਨ ਵੀਡੀਓ ਬਣ ਰਹੀ ਹਾਂ ਵੀ ਹੁਣ ਤੱਕ ਇਹ ਨਹੀਂ ਹੈ ਵੀ ਉਹ ਨਾਲ ਗੱਲ ਖੋਲ੍ਹਣ ਸਾਡੀਆਂ ਜ਼ਮੀਨਾਂ ਰਹਿ ਗਈਆਂ ਵੀ ਰਿਕਾਰਡ ਆ ਅਸੀਂ 2000 ਬਜ਼ੁਰਗ ਨੂੰ ਮਿਲੇ ਹਾਂ ਜਿਹਨਾਂ ਉਹ ਪਾਰਟੀਸ਼ਨ ਵੇਖੀ ਮੈਨੂੰ ਕੋਈ ਐਸਾ ਸ਼ਖਸ ਬਾਬਾ ਬਜ਼ੁਰਗ ਨਹੀਂ ਮਿਲਿਆ ਜਿਹਨੇ ਆਖਿਆ ਹੋਇਆ ਵੀ ਸਾਡੇ 'ਚ ਨਫ਼ਰਤ ਮੈਨੂੰ ਨਹੀਂ ਮਿਲਿਆ ਉਹ ਕੌਣ ਲੋਕ ਸਨ ਯਾਰ ਜਿਹੜੇ ਤਾਂ ਕਰਦੇ ਉਹ ਤਾਂ ਉਹਨਾਂ ਲੋਕਾਂ ਦਾ ਤੇ ਅੱਜ ਵੀ ਯਾਦ ਕਰਦੇ ਨਾ ਯਾਦ ਨੇ ਲੋਕਾਂ ਨੂੰ ਫਲਾਣਾ ਮੇਰਾ ਨਾ ਯਾਦ ਨੇ ਲੋਕਾਂ ਨੂੰ ਫਲਾਣਾ ਫਲਾਣਾ ਹੁੰਦਾ ਹੈ ਉੱਥੇ ਅੱਜ ਵੀ ਨਾ ਯਾਦ ਨੇ ਲੋਕਾਂ ਨੂੰ ਉਹਨਾਂ ਬੰਦਿਆਂ ਦੇ ਜਿਹੜੇ ਰਹਿ ਗਏ ਨੇ ਘੱਟੋ ਘੱਟ ਉਹਨਾਂ ਦਾ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੀ ਹਾਂ ਜਿਹੜੀ ਉਮਰ ਦੇ ਹਿਸਾਬ ਨਾਲ ਜਿਹੜੇ ਸਮੇਂ ਦੇ ਵਿੱਚ ਹੈਗੇ ਆ ਜਿਹੜੇ 60-70 ਸਾਲ ਤੋਂ ਉੱਤੇ ਜਿਨ੍ਹਾਂ ਦੀ ਏਜ ਆ ਨਹੀਂ ਉਹ ਸ਼ੁਕਰ ਹੈ ਮਾਲਕ ਦਾ ਭਾਜੀ ਇਸ ਚੀਜ਼ ਦਾ ਨਾ ਕਰਤਾਰਪੁਰ ਸਾਹਿਬ ਦਾ ਵੀ ਜਿਹੜਾ ਹੋਇਆ ਇਹ ਬੜਾ ਵੱਧ ਹੈਗਾ ਇਹ ਮੈਂ ਇਸ ਗੱਲ ਤੇ ਜ਼ੋਰ ਬਹੁਤਾ ਦੇਣਾ ਵੀ ਇਹਨਾਂ ਦੀ ਰਾਈ ਜਿਹੜੀ ਆ ਨਾ ਜਿਵੇਂ ਗਿੱਪੀ ਆਇਆ ਸੀ ਆਪਣੇ ਕੋਲ ਪਹਿਲੀ ਵਾਰੀ ਜੋ ਉਹਨੇ ਜਾ ਕੇ ਪੋਰਟਰੇਟ ਪਾਕਿਸਤਾਨ ਨੂੰ ਕੀਤਾ ਸੀ ਨਾ ਅਸੀਂ ਉਹਨੂੰ 3 ਦਿਨ ਘੁਮਾਇਆ ਇੱਥੇ ਜੋ ਉਹਨੇ ਪਾਕਿਸਤਾਨ ਨੂੰ ਜਾ ਕੇ ਪੋਰਟਰੇਟ ਕੀਤਾ ਸੀ ਨਾ ਅਸੀਂ ਉਹ 10 ਸਾਲ ਹੋਰ ਕਰਦੇ ਨਾ ਤੇ ਉਨੀ ਗੱਲ ਲੋਕਾਂ ਤੱਕ ਨਹੀਂ ਪਹੁੰਚਦੀ ਜਿਹੜੀ ਉਹਨੇ ਇੱਕ ਦਿਨ 'ਚ ਪਹੁੰਚਾ ਗੱਲ ਤੇ ਹੀ ਹੁੰਦੀ ਜਿਹੜਾ ਬੰਦਾ ਇੱਥੋਂ ਹੋ ਕੇ ਜਾਂਦਾ ਉਹ ਦੱਸਦਾ ਪਾਕਿਸਤਾਨ ਕੀ ਨਾਸਰ ਭਾਈ ਉਹੀ ਗੱਲ ਅਸੀਂ ਕਰਨੇ ਆ ਕਿ ਅਸੀਂ ਕਿਸ ਆਪਣੇ ਅਲਫਾਜ਼ ਕਿਸੇ ਦੇ ਮੂੰਹ 'ਚ ਪਾ ਦਈਏ ਕਿ ਯਾਰ ਤੂੰ ਇਹ ਗੱਲ ਕਹਿ ਕੇ ਪਾਕਿਸਤਾਨ ਅੱਛਾ ਹੈ ਜਦੋਂ ਇਹ ਆਉਂਦੇ ਨੇ ਅਸੀਂ ਸੇਵਾ ਕਰਨੇ ਇਹ ਨੈਚੁਰਲ ਜੀ ਚੀਜ਼ ਹੈ ਜਦੋਂ ਇਹ ਜਾਂਦੇ ਨੇ ਇਹ ਸਾਡੇ ਐਮਬੈਸਡਰ ਬਣ ਜਾਂਦੇ ਨੇ ਇਹ ਜਾ ਕੇ ਜੋ ਗੱਲ ਕਰਦੇ ਨੇ ਕਰਤਾਰਪੁਰ ਲੰਘ ਦੇ ਕਿੰਨੀ ਦੁਨੀਆ ਆਉਂਦੀ ਹੈ ਤੇ ਜਦੋਂ ਵਾਪਸ ਜਾਂਦੀ ਤੇ ਬਿਲਕੁਲ ਅੰਬੈਸਡਰ ਬਣ ਜਾਂਦੇ ਬਿਲਕੁਲ ਇਸੇ ਤਰ੍ਹਾਂ ਉਹ ਜਿਹੜੀ ਇੱਜ਼ਤ ਰਿਸਪੈਕਟ ਪਿਆਰ ਮੁਹੱਬਤ ਜਿਹੜੀ ਉਹਨਾਂ ਨੂੰ ਮਿਲਦੀ ਹੈ ਲੋਕਾਂ ਨੂੰ ਸਾਰੇ ਮਸ਼ਹੂਰ ਤਾਂ ਨਹੀਂ ਆਉਂਦੇ ਨਾ ਇਸੇ ਤਰ੍ਹਾਂ ਆਮ ਦੁਨੀਆ ਵੀ ਆਉਂਦੀ ਆਮ ਲੋਕ ਵੀ ਆਉਂਦੇ ਨੇ ਲੇਕਿਨ ਉਹ ਵੀ ਜਾ ਕੇ ਦੱਸਦੇ ਨੇ ਕਿ ਬਈ ਉੱਥੋਂ ਨਾ ਹੋ ਕੇ ਆਏ ਤੇ ਸਾਨੂੰ ਤਾਂ ਨਹੀਂ ਲੱਗਾ ਕਿ ਅਸੀਂ ਵੱਖ ਹੈ ਗੱਲ ਇੱਕ ਹੀ ਗਈ ਇਹਨਾਂ ਨੂੰ ਮੈਂ ਕਿਲੇ 'ਚ ਲੈ ਕੇ ਗਿਆ ਤੇ ਤਕਰੀਬਨ ਇੰਜ ਲੱਗੇ ਜਿਵੇਂ ਨਾਸਰ ਸਾਹਿਬ ਉੱਥੇ ਕਿਲੇ ਦੇ ਵਿੱਚ ਖੜੇ ਨੇ ਤੇ ਲੋਕ ਇਹਨਾਂ ਨੇ ਮੇਰੇ ਨਾਲ ਈਦ ਦੀ ਨਮਾਜ਼ ਜਾ ਕੇ ਪੜ੍ਹੀ ਅੱਛਾ ਜੀ ਮਾਸ਼ਾਅੱਲਾ ਇਹਨਾਂ ਨੇ ਉਮਰਾ ਵੀ ਕੀਤਾ ਹੈ ਆਫ ਦਾ ਰਿਕਾਰਡ ਗੱਲਾਂ ਵੀ ਯਾਰ ਵੇਚਣਾ ਪਾਣਾ ਤੇ ਇਹਨਾਂ ਉਮਰਾ ਵੀ ਕੀਤਾ ਅਜੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੜੀ ਖੁਸ਼ੀ ਹੋਈ ਮਿਲ ਕੇ ਬਹੁਤ ਜ਼ਿਆਦਾ ਮੈਂ ਕਹਿ ਕੇ ਆਇਆ ਸੀਗਾ ਵਕਾਸ ਭਾਈ ਨੂੰ ਮੈਂ ਕਿਹਾ ਵੀ ਮੈਂ ਸਪੈਸ਼ਲ ਈਦ 'ਤੇ ਆਉਣਾ ਚਾਹੁੰਦਾ
ਜੁੱਤੀ ਵੇਖੋ ਜਿਸ ਦਿਨ ਦੀ ਮੈਂ ਲੈ ਕੇ ਦਿੱਤੀ ਨਾ ਚਾਂਦ ਰਾਤ ਦੀ ਲਾਈ ਨੀ ਇਹਨਾਂ ਮੈਨੂੰ ਹੁੰਦਾ ਜੇ ਟਾਈਮ ਸਾਡੇ ਕੋਲ ਨਾ ਸਭ ਮੁਰਾਦ ਨਾ ਜੀ ਮੇਰਾ ਅੱਛਾ ਲੇਕਿਨ ਪੱਕ ਪੱਤਰ ਸ਼੍ਰੀ